ਦਮਦਮੀ ਟਕਸਾਲ ਦੇ ਬਾਰੇ ਜਿੱਦਾਂ ਤੁਸੀਂ ਕੀ ਜਾਣਦੇ ਆ, ਤੁਹਾਨੂੰ ਕੀ ਪਤਾ ਹੈ ਦਮਦਮੀ ਟਕਸਾਲ ਕੀ? ਉਹ ਇੱਕ ਅਜਿਹੀ ਸੰਸਥਾ ਹੈ ਜਿਹੜੀ ਪੂਰੇ ਸਿੱਖ ਕੌਮ ਦੀ ਜਨਮਦਾਤਾ ਇੱਕ ਤਰ੍ਹਾਂ ਨਾਲ, ਜੋ ਸਿੱਖ ਕੌਮ ਦੇ ਪ੍ਰਚਾਰਕਾਂ ਨੂੰ ਪੈਦਾ ਕਰਦੀ ਹੈ, ਸਿੱਖ ਕੌਮ ਨੂੰ ਬਾਣੀ ਬਾਰੇ ਦੱਸਦੀ ਹੈ। ਹੁਣ ਜਿਹੜੇ ਮੁਖੀ ਹੈ ਦਮਦਮੀ ਟਕਸਾਲ ਦੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਆ? ਉਹਨਾਂ ਨੂੰ ਮਿਲੇ ਕਦੀ? ਹਾਂਜੀ, ਮੈਂ ਬਹੁਤ ਵਾਰ ਮਿਲਿਆ। ਉਹ ਬਹੁਤ ਮਤਲਬ ਕਿ ਇੱਕ ਤਰ੍ਹਾਂ ਨਾਲ ਬ੍ਰਹਮ ਗਿਆਨੀ ਉਹ ਕਹਿ ਸਕਦੇ, ਮੇਰੇ ਵਾਸਤੇ ਤਾਂ ਉਹ ਬ੍ਰਹਮ ਗਿਆਨੀ ਹਨ। ਉਹਨਾਂ ਨੇ ਮੈਨੂੰ ਨਿਤਨੇਮ ਕਰਨ ਵਾਸਤੇ ਪ੍ਰੇਰਿਤ ਕੀਤਾ। ਉਹ ਦਮਦਮੀ ਟਕਸਾਲ ਬਾਰੇ ਪੁੱਠਾ ਬੋਲਦੇ ਹਨ, ਉਹਨਾਂ ਨੂੰ ਤਾਂ ਕੁਛ ਅਕਲ ਹੀ ਨਹੀਂ ਹੈਗੀ। ਕਹਿੰਦੇ ਹਨ ਸੰਤ ਦੇ ਦਸਮ ਗ੍ਰੰਥ ਨੂੰ ਆਪਾਂ ਸਿਪਾਹੀ ਕਹਿੰਦੇ ਹਨ, ਅਤੇ ਜੇ ਆਪਾਂ ਉਹ ਪੜ੍ਹਦੇ ਹਨ ਫਿਰ ਆਪਾਂ ਇਹਨਾਂ ਦੀ ਧੋਣ 'ਤੇ ਗੋਡਾ ਰੱਖ ਲੈਂਦੇ ਹਾਂ। ਜਿਹੜਾ ਵੀ ਜਿਹੜੇ ਧਰਮ ਦਾ ਸੰਤ ਹੈ, ਜੋ ਵੀ ਹੈ ਬੰਦਾ, ਆਪਣੇ ਧਰਮ ਦੀ ਗੱਲ ਕਰਦਾ, ਆਪਣੇ ਧਰਮ ਦੀ ਗੱਲ 'ਚ ਪ੍ਰਪੱਕ ਹੈ, ਉਸ ਨੂੰ ਆਪਾਂ ਸੰਤ ਦਾ ਦਰਜਾ ਦਈਏ ਕਿ ਹੈ ਪਰ ਉਹ ਸਿੱਖ ਧਰਮ ਦਾ, ਪਰ ਗੱਲਾਂ ਕਰਦੇ ਵੀ ਸਿੱਖ ਧਰਮ ਦੀ ਪਰ ਕੱਚੀਆਂ, ਜਿਵੇਂ ਕਿ ਨਾਮ ਹੈ ਅਤੇ ਆਹ ਮਿਸ਼ਨਰੀ ਕਾਲਜ 'ਚ ਹੋ ਗਏ, ਉਹ ਸਾਰੀਆਂ ਸਿੱਖ ਕੌਮ ਦੀਆਂ ਬੁਰੀ ਗੱਲਾਂ ਕਰਦੇ ਹਨ। ਇਹਨਾਂ ਨੂੰ ਆਪਣੇ ਇਹ ਸੰਤ ਬਣਾਉਣ ਦੇ ਲਾਇਕ ਹੀ ਨਹੀਂ। ਇੱਕ ਪਾਠ ਕਰਕੇ ਚੰਡੀ ਦੀ ਵਾਰ ਦਾ ਵੀ ਇਵੇਂ ਵੀਰਾਸ ਆ ਜਾਂਦਾ ਹੈ। ਲਹਿਰਾਂ ਭਗਤੀ ਕਰਨੀ ਪੈਂਦੀ ਹੈ, ਉਹਦੀ ਰਹਿਤ ਵੀ ਹੈ, ਬਹੁਤ ਸਾਰੀ ਰਹਿਤ ਰੱਖਣੀ ਪੈਂਦੀ ਹੈ, ਤਾਂ ਕਿ ਨਾਮ ਉਹਦਾ ਬਾਣੀ ਦਾ ਅਸਰ ਹੁੰਦਾ ਹੈ। ਤੁਸੀਂ ਜਨਰਲ ਸੁਬੇਖ ਨਹੀਂ ਬਣਨੇ? ਨਹੀਂ, ਉਹਨਾਂ ਵਰਗੇ ਦਾ ਕੀ ਨਾਮ ਕੋਈ ਵਿਰਲਾ ਹੀ ਹੋ ਸਕਦਾ ਜੋ ਉਹਨਾਂ 'ਤੇ ਪਾਏ ਪੂਰੀਆਂ ਨਹੀਂ ਚੱਲਦੀਆਂ।